ਜੀ 1918 ਟਾਟਾ ਦਾ ਅਲਟਰਾ, ਇਹਦੇ ਉੱਤੇ ਜੀ ਆਰ ਕੰਪਨੀ ਨੇ ਇੱਕ ਆਪਣਾ ਸਫਾਈ ਵੈਕਿਊਮ ਕਲੀਨਰ ਮਸ਼ੀਨ ਲੱਗੀ ਹੋਈ ਆ, ਅਤੇ ਕਹਿ ਰਹੇ ਕਿ ਸਰ ਹੁਣੀ ਵੀ ਇਹਦੀ ਕੋਸਟ 52 ਲੱਖ ਰੁਪਈਆ ਜੀ। ਪਹਿਲਾਂ ਤੁਸੀਂ ਮਸ਼ੀਨ ਦੇਖ ਲਓ, ਫਿਰ ਇਹਦੀ ਪੂਰੀ ਜਾਣਕਾਰੀ ਆਪਾਂ ਲੈਂਦੇ ਭਾਅ ਜੀ। ਹੁਣ ਤਾਂ ਜਿਹੜੇ ਇਹਨੂੰ ਚਲਾ ਰਹੇ ਨੇ ਓਪਰੇਟਰ ਸਾਹਿਬ, ਆਪਣੇ ਇਹਨੂੰ ਓਪਰੇਟ ਕਰਦੇ ਆ ਭਾਜੀ। ਆ ਕੀ ਚੀਜ਼ ਆ ਜੀ? ਇਹ ਹੈਗੀ ਜੀ ਆਪਣਾ ਸਾਈਡ ਬ੍ਰਸ਼ ਹੈਗਾ ਜੀ। ਅੱਛਾ ਜੀ, ਜੋ ਕਿ ਕਰਬ ਦੇ ਨਾਲੋਂ ਮਿੱਟੀ ਅੰਦਰ ਕਰਦਾ ਪਿਆ। ਠੀਕ ਹੈ ਜੀ। ਤੇ ਆਹ ਚੀਜ਼ ਆ ਗਈ ਜੀ, ਇਹਨਾਂ ਦੀ ਮਤਲਬ ਜੁੜੀ ਮਿੱਟੀ ਉੱਪਰ ਲੈ ਕੇ ਜਾਂਦੀ ਆ। ਓਕੇ, ਇਹਦੇ ਵਿੱਚ ਹੁੰਦੀ ਹੈ ਸਟੋਰ ਆਪਣੀ। ਠੀਕ ਹੈ ਜੀ। ਤੇ ਉਹ ਆਪਣਾ ਹੈਗਾ ਜੀ ਸੈਂਟਰ ਬ੍ਰਸ਼। ਅੱਛਾ ਜੀ। ਜੋ ਕਿ ਆਪਣਾ ਮਤਲਬ ਰੋਡ ਦੇ ਵਿਚਾਲੇ ਮਿੱਟੀ ਪੈੜੀ ਹੁੰਦੀ ਹੈ, ਉਹਨੂੰ ਮਤਲਬ ਸਾਈਡ ਤੇ ਕਰ ਦਿੰਦਾ ਜੀ। ਓਕੇ, ਤੇ ਉਹ ਆਪਣੇ ਇੱਥੇ ਆ ਜਾਂਦੀ ਮਿੱਟੀ। ਠੀਕ ਹੈ ਜੀ। ਬ੍ਰਸ਼ ਜੋ ਆਪਣਾ ਤੇ ਮਿੱਟੀ ਅੰਦਰ ਲੈ ਕੇ ਅੰਦਰ ਲੈ ਜਾਂਦਾ, ਨਾਲੇ ਬਾਅਦ ਵਿੱਚ ਪੈਕ ਆ ਕੇ ਇਸ ਦੇ ਵਿੱਚ ਜਾ ਕੇ ਮਿੱਟੀ ਫਿਰ ਉੱਪਰ ਚਲੀ ਜਾਂਦੀ। ਠੀਕ ਹੈ ਜੀ। ਹਾਂਜੀ। ਤੇ ਇਹਦੇ ਵਿੱਚ ਸਰ ਇਹਨੂੰ ਓਪਰੇਟ ਚਲਾ ਕੇ ਇਹਦੇ ਜਨਰੇਟਰ ਲੱਗੇ ਹੋਏ ਨੇ? ਹਾਂਜੀ, ਇਹਦੇ ਵਿੱਚ ਡਬਲ ਇੰਜਣ ਆ ਜੀ ਆਪਣਾ, ਇਹਦੇ ਵਿੱਚ ਇੱਕ ਹੋਰ ਇੰਜਣ ਆ। ਠੀਕ ਹੈ ਜੀ। ਹਾਂਜੀ, ਓਕੇ, ਉਹ ਲਾਦਾ ਇੱਕ ਇੰਜਣ ਆ ਜੋ ਮਤਲਬ ਇਸ ਨੂੰ ਪਿੱਛੇ ਦੇ ਚਲਾਉਂਦਾ ਪਿਆ। ਠੀਕ ਹੈ ਜੀ। ਤੇ ਉਹਦੇ ਲਈ ਐਕਸਟਰਾ ਡੀਜ਼ਲ ਪਾਉਂਦੇ ਕਿ ਵਿੱਚੇ ਫਿੱਟ ਹੁੰਦਾ? ਕੰਪਰੈਸਰ ਵਿੱਚ ਇੱਕ ਕੰਪਰੈਸਰ ਆ, ਇੱਕ ਪੱਖਾ ਜੋ ਹਵਾ ਕਹਿੰਦਾ ਹੈ। ਠੀਕ ਹੈ ਜੀ। ਓਕੇ, ਤੇ ਫਿਰ ਤੁਸੀਂ ਮਿੱਟੀ ਬਾਹਰ ਕੱਢਦੇ ਕਿੱਦਾਂ ਭਾਜੀ? ਭਾਜੀ ਉਹ ਮਤਲਬ ਇਹਦਾ ਪਿੱਛੇ ਦੇ ਆ ਆ ਇਹਦੇ ਲੱਗੇ ਜੇ ਮਤਲਬ ਜੋ ਇਹਨਾਂ ਦੇ ਹੈਗੇ ਮਤਲਬ ਉੱਪਰ ਜੈਕ ਉੱਪਰ ਜੈਕ ਖੋਲਣ ਵਾਸਤੇ, ਇਹਨਾਂ ਨੂੰ ਖੋਲਣ ਵਾਸਤੇ ਡੋਰ ਖੋਲਣ ਵਾਸਤੇ ਲਿਫਟ ਚੱਕਣਾ। ਠੀਕ ਹੈ ਜੀ। ਹਾਂਜੀ। ਅੱਛਾ, ਇਹਦੇ ਨਾਲ ਤੁਸੀਂ ਡੋਰ ਖੋਲਦੇ ਹੋ, ਲਿਫਟ ਦਾ ਕੰਮ ਕਰਦੇ ਹੋ? ਲਿਫਟ ਉੱਪਰ ਚੱਕਣਾ। ਠੀਕ ਹੈ ਜੀ। ਇੱਧਰ ਆ ਜਾਓ ਜੀ। ਆ ਆ ਤਾਂ ਕਰਦੇ ਹੈ ਜੀ। ਆ ਇਹਦਾ ਵੈਕਿਊਮ ਹੈ ਜੀ। ਠੀਕ ਹੈ ਜੀ, ਇਹ ਵੈਕਿਊਮ ਆ। ਠੀਕ ਹੈ ਜੀ। ਓਕੇ ਭਾਜੀ, ਇਹਦਾ ਸਰ ਕੀ ਕੰਮ ਆ ਜੀ? ਅੱਛਾ ਜੀ, ਇਹ ਪ੍ਰੈਸ਼ਰ ਪਾਣੀ ਕਿੱਥੋਂ ਲੈਂਦੇ ਤੁਸੀਂ ਫਿਰ? ਅੱਛਾ, ਪਾਣੀ ਵੀ ਵਿੱਚ ਹੀ ਆ? ਠੀਕ ਆ, ਇਸ ਪਾਣੀ ਵੀ ਇਸ ਗੱਡੀ ਦੇ ਵਿੱਚ ਹੀ ਆ ਜੀ। ਠੀਕ ਆ, ਤੇ ਉਹ ਤੁਸੀਂ ਰੋਡ ਵੀ ਇਹਦੇ ਨਾਲ ਹੀ ਧੋ ਦਿੰਦੇ ਆ ਜਾਂ ਗੱਡੀ ਵੀ ਇਹਨਾਂ ਹੀ ਸਾਫ਼ ਕਰਦੇ? ਠੀਕ ਹੈ ਜੀ। ਕਿੰਨੀ ਭਾਜੀ, ਕਿੰਨੀ ਅਮਾਊਂਟ ਦੀ ਆ ਪੂਰੀ ਗੱਡੀ ਹੋ ਗਈ ਤੁਹਾਨੂੰ ਪੂਰਾ ਜਿੱਦਾਂ ਸਿਸਟਮ ਲੱਗਾ? 52 ਲੱਖ ਦੇ ਆਸ ਪਾਸ ਆ ਜੀ। ਠੀਕ ਹੈ ਜੀ, ਥੈਂਕ ਯੂ ਸਰ ਜੀ।